ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਰਮ ਮਸਾਲਾ ਸੋ ਇਹਦੇ ਨਾਲ ਜਿਹੜਾ ਹਰੇਕ ਸਬਜ਼ੀ ਦਾ ਸਵਾਦ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਇਹ ਆਪਾਂ ਘਰ ਵਿੱਚ ਹੀ ਤਿਆਰ ਕਰਾਂਗੇ ਜਿਹੜੀਆਂ ਆਪਣੇ ਘਰ ਵਿੱਚ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਹੀ ਤਿਆਰ ਕਰਾਂਗੇ ਸੋ ਇਹ ਬਹੁਤ ਹੀ ਜ਼ਿਆਦਾ ਜਿਹੜਾ ਸਬਜ਼ੀ ਦਾ ਸਵਾਦ ਆ ਉਹ ਵਧਾ ਦਿੰਦਾ ਹੈ ਸੋ ਆਪਾਂ ਬਾਜ਼ਾਰ ਜਿਹੜੇ ਆਪਾਂ ਗਰਮ ਮਸਾਲੇ ਲਿਆਉਂਦੇ ਆ ਸੋ ਉਹਨਾਂ ਨਾਲ ਵੀ ਕਿਤੇ ਜ਼ਿਆਦਾ ਜਿਹੜਾ ਵਧੀਆ ਆਪਾਂ ਇਹ ਗਰਮ ਮਸਾਲਾ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਆਪਾਂ ਨੌਨ ਵੇਜ ਜਾਂ ਹੋਰ ਪ੍ਰਕਾਰ ਦੀਆਂ ਨੇ ਡਿਸ਼ਾਂ ਨੇ ਹਰੇਕ ਸਬਜ਼ੀ ਵਿੱਚ ਇਹਨੂੰ ਪਾ ਕੇ ਖਾ ਕੇ ਜਿਹੜਾ ਉਹਨਾਂ ਦਾ ਸੁਆਦ ਆ ਉਹ ਵਧਾ ਸਕਦੇ ਆ ਇਹ ਗਰਮ ਮਸਾਲਾ ਕਿਵੇਂ ਬਣਦਾ ਚਲੋ ਕਰਦੇ ਆ ਸਟਾਰਟ ਇਸ ਗਰਮ ਮਸਾਲੇ ਨੂੰ ਬਣਾਉਣ ਲਈ ਆਪਾਂ ਲਵਾਂਗੇ 4 ਚਮਚ ਸੁੱਕਾ ਧਨੀਆ 4 ਚਮਚ ਆਪਾਂ ਲਵਾਂਗੇ ਜੀਰਾ ਜਿਹੜਾ ਆਪਾਂ ਰੋਜ਼ ਯੂਜ਼ ਕਰਦੇ ਆ ਸਬਜ਼ੀ ਵਿੱਚ 2 ਚਮਚ ਲਵਾਂਗੇ ਆਪਾਂ ਕਾਲੀ ਮਿਰਚ 2 ਚਮਚੀ ਲਵਾਂਗੇ ਆਪਾਂ ਸੌਂਫ ਆਪਾਂ ਲਵਾਂਗੇ ਦਾਲਚੀਨੀ ਚਾਰ ਤੋਂ ਪੰਜ ਸਟਿੱਕਾਂ ਲੈ ਲੈਣੀਆਂ ਇਹਦੀਆਂ ਡੱਕੇ ਹੁੰਦੇ ਜਿਹੜੇ ਇਹਦੇ ਚਾਰ ਤੋਂ ਪੰਜ ਦਾਲ ਚੀਨੀ ਦੇ 20 ਤੋਂ 25 ਆਪਾਂ ਲੈ ਲੈਣੀਆਂ ਜਿਹੜੀ ਆਪਣੇ ਕੋਲੇ ਹਰੀ ਇਲਾਇਚੀ ਹੁੰਦੀ ਹੈ ਤੇ ਆਪਾਂ 10 ਤੋਂ 15 ਲੈ ਲੈਨੇ ਆ ਲੌਂਗ ਤੇ ਪੰਜ ਆਪਾਂ ਲਈਆਂ ਨੇ ਵੱਡੀਆਂ ਇਲਾਇਚੀਆਂ ਤੇ ਆਪਾਂ ਲਏ ਸੀ 6 ਤੋਂ 7 ਤੇਜ ਪੱਤਰ ਹੁਣ ਆਪਾਂ ਪਾ ਲੈਣੀ ਇਹਦੇ ਵਿੱਚ ਕਾਲੀ ਮਿਰਚ ਜਿਹੜੇ ਆਪਾਂ ਲਏ ਸੀ 2 ਚਮਚ 4 ਚਮਚ ਆਪਾਂ ਪਾ ਲੈਨੇ ਆ ਸੁੱਕਾ ਧਨੀਆ 4 ਚਮਚ ਜੀਰਾ ਤੇ ਦੋ ਚਮਚਾ ਆਪਾਂ ਜਿਹੜੇ ਸੌਂਫ ਲਈ ਸੀ ਉਹਨੂੰ ਪਾ ਕੇ ਹਲਕਾ ਜਿਹਾ ਇਹਨਾਂ ਨੂੰ ਭੁੰਨ ਲਾਂਗਾ ਤਾਂ ਜੋ ਇਹਨਾਂ ਵਿੱਚ ਦੀ ਜਿਹੜੀ ਸੈੱਲ ਹੈ ਉਹ ਖਤਮ ਹੋ ਜੇ ਤੇ ਵਧੀਆ ਪਿਸ ਜਾਣ ਇਹ ਇਹਨਾਂ ਦੀ ਜਦੋਂ ਸੈੱਲ ਖਤਮ ਹੋ ਜੂਗੀ ਤਾਂ ਇਹ ਪੀਸਣ ਵਿੱਚ ਆਸਾਨੀ ਹੋਊਗੀ ਹੁਣ ਜਿਹੜਾ ਬਾਕੀ ਬਚ ਗਿਆ ਜਿਵੇਂ ਵੱਡੀਆਂ ਇਲਾਇਚੀਆਂ ਆਪਾਂ 5 ਲਈਆਂ 20 ਤੋਂ 25 ਆਪਾਂ ਇਲਾਇਚੀਆਂ ਤੇ 10 ਤੋਂ 15 ਆਪਾਂ ਲਏ ਆ ਲੌਂਗ ਤੇ ਆ ਆਪਣੇ ਕੋਲੇ ਆ ਗਿਆ 5 ਕਿ ਦਾਲਚੀਨੀ ਦੇ ਆਹਾਂ ਤੇ ਤੇਜ ਪੱਤਰ ਜਿਹੜੇ ਆਪਾਂ 5 ਤੋਂ 6 ਲਏ ਆ ਸੋ ਇਹਨਾਂ ਨੂੰ ਆਪਾਂ ਹਲਕੇ ਹਲਕੇ ਭੁੰਨ ਲਾਂਗੇ ਸੋ ਜਿਆਦਾ ਭੁੰਨਣਾ ਇਹਨਾਂ ਦਾ ਜਿਹੜਾ ਟੇਸਟ ਆ ਉਹ ਖਤਮ ਹੋ ਜਾਂਦਾ ਟੇਸਟ ਵਧੀਆ ਨਹੀਂ ਆਉਂਦਾ ਬਸ ਇਹਨਾਂ ਵਿੱਚ ਲਈ ਆਪਾਂ ਜਿਹੜੀ ਨਮੀ ਆ ਉਹਨਾਂ ਨੂੰ ਖਤਮ ਕਰਨਾ ਸੋ ਤਾਂ ਜੋ ਵਧੀਆ ਪੀਸ ਕੇ ਇਹਨਾਂ ਦਾ ਵਧੀਆ ਜਿਹੜਾ ਗਰਮ ਮਸਾਲਾ ਉਹ ਬਣ ਸਕੇ ਸੋ ਇਹਨਾਂ ਨੂੰ ਆਪਾਂ ਹਲਕਾ ਭੁੰਨ ਲਿਆ ਤੇ ਇਹਨਾਂ ਨੂੰ ਆਪਾਂ ਠੰਡਾ ਕਰ ਲਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚਲੀ ਜਿਹੜੀ ਨਮੀ ਆ ਉਹ ਖਤਮ ਹੋ ਗਈ ਤੇ ਵਧੀਆ ਤਰੀਕੇ ਨਾਲ ਆ ਜਿਹੜੇ ਟੁੱਟਣ ਲੱਗ ਗਏ ਸੋ ਇਹ ਵਧੀਆ ਪੀਸ ਕੇ ਜਿਹੜਾ ਇਹਨਾਂ ਦਾ ਪਾਊਡਰ ਆ ਉਹ ਵਧੀਆ ਤਿਆਰ ਹੋਊਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਸੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਿਆ ਤੇ ਇਹਨੂੰ ਆਪਾਂ ਇੱਕ ਛਾਣਨੀ ਨਾਲ ਚੰਗੀ ਤਰ੍ਹਾਂ ਛਾਣ ਕੇ ਜਿਹੜਾ ਇਹਦਾ ਪਾਊਡਰ ਆ ਬਰੀਕ ਉਹ ਆਪਾਂ ਤਿਆਰ ਕਰ ਲਾਂਗੇ ਸੋ ਜਿਹੜਾ ਰਹਿ ਗਿਆ ਮਤਲਬ ਛਾਣਨ ਤੋਂ ਬਾਅਦ ਜਿਹੜਾ ਪਾਊਡਰ ਬਚ ਜੂਗਾ ਜਿਹੜਾ ਮਤਲਬ ਮੋਟਾ-ਮੋਟਾ ਦਾਦਰਾ ਜਿਹੜਾ ਰਹਿ ਜੂਗਾ ਉਹਨੂੰ ਆਪਾਂ ਦੁਬਾਰੇ ਪੀਸ ਲਾਂਗੇ ਤੁਸੀਂ ਤੁਸੀਂ ਦੇਖ ਲਓ ਜਿਹੜਾ ਦਰਦਰਾ ਜਿਹਾ ਬਚ ਗਿਆ ਇਹਨੂੰ ਆਪਾਂ ਦਵਾਰਾਂ ਪਾ ਕੇ ਦਵਾਰਾ ਪੀਸ ਲਾਂਗੇ ਹੁਣ ਜਿਹੜਾ ਬਾਕੀ ਬਚਦਾ ਸੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਗ੍ਰੈਂਡ ਕਰਕੇ ਤੇ ਆਪਾਂ ਇਹਨੂੰ ਵੀ ਛਾਲ ਲਾਂਗੇ ਸੋ ਆਪਣਾ ਜਿਹੜਾ ਗਰਮਾ ਮਸਾਲਾ ਹੈਗਾ ਬਣ ਕੇ ਬਿਲਕੁਲ ਹੋ ਜਾਊਗਾ ਤਿਆਰ ਸੋ ਆਪਣਾ ਗਰਮਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਸੋ ਇਹਨੂੰ ਆਪਾਂ ਹਰੇਕ ਪ੍ਰਕਾਰ ਦੀ ਸਬਜ਼ੀ ਨੌਨ ਵਜ ਤੇ ਹੋਰ ਡਿਸ਼ਸ ਵਿੱਚ ਵਰਤ ਕੇ ਉਹਨਾਂ ਦਾ ਜਿਹੜਾ ਸੁਆਦ ਆ ਦੁੱਗਣਾ ਤਿੱਗਣਾ ਕਰ ਸਕਦੇ ਆ ਸੋ ਜੀ ਮੈਂ ਤੁਸੀਂ ਨਮਕ ਵਾਲੀ ਵੀਡੀਓ ਨੂੰ ਬਹੁਤ ਜਿਆਦਾ ਸਪੋਰਟ ਦਿੱਤੀ ਸੋ ਇਸ ਪ੍ਰਕਾਰ ਇਹ ਜਿਹੜੀ ਗਰਮ ਮਸਾਲੇ ਵਾਲੀ ਡਿਸ਼ ਆ ਇਹ ਵੀ ਬਹੁਤ ਜਿਆਦਾ ਟੇਸਟੀ ਬਣਦੀ ਆ ਸੋ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਜੋ ਹਰੇਕ ਆ ਜਿਹੜਾ ਆਪਣੀ ਸਬਜੀ ਦਾ ਟੇਸਟ ਦੁੱਗਣਾ ਤਿੱਗਣਾ ਕਰ ਸਕਣ ਇਹ ਗਰਮ ਮਸਾਲਾ ਬਣਾ ਕੇ ਸੋ ਤੁਸੀਂ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਅੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ